ਅਸਲਾਮੁਅਲੈਕੁਮ ਭੈਣਾਂ ਤੇ ਭਰਾਵੋ, ਸੱਜਣੋ ਤੇ ਬੇਲੀਓ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਨਹੀਂ, ਮੈਂ ਵੀ ਠੀਕ ਠਾਕ ਹਾਂ, ਸ਼ੁਕਰ ਹੈ ਅੱਲਾਹ ਦਾ। ਅਤੇ ਵਲੋਗ ਜਿਹੜੇ ਨਾ ਡੇਲੀ ਨਹੀਂ ਬਣਾ ਸਕਦਾ, ਟਾਈਮ ਹੀ ਨਹੀਂ ਲੱਗਦਾ। ਅਤੇ ਅੱਜ ਤੁਹਾਡਾ ਭਰਾ ਆ ਗਿਆ ਜੀ ਵੱਡੀ ਬਿਲਡਿੰਗ 'ਚ। ਅੱਛਾ, ਗੱਡੀਆਂ ਪਿੱਛੇ ਵੇਖ ਰਹੇ ਹੋ? ਇਹ ਜਿੰਨੀਆਂ ਤੁਸੀਂ ਵੇਖ ਰਹੇ ਹੋ ਨਾ, ਇਹ ਸਾਰੀਆਂ ਜਿਹੜੀਆਂ ਨਾ, ਸਾਰੀਆਂ ਜਿੰਨੀਆਂ ਤੁਹਾਨੂੰ ਲੱਭ ਰਹੀਆਂ, ਇਹ ਮੇਰੀਆਂ ਆਪਣੀਆਂ ਜ਼ਾਤੀ ਨਹੀਂ। ਅਤੇ ਅੱਜ ਜਿਹੜਾ ਨਾ ਸਵੈਟਰ ਸਵੈਟਰ ਤੁਹਾਡੇ ਭਰਾ ਨੇ ਦੋ ਦੋ ਪਾਏ ਨਾ, ਕਿਉਂਕਿ ਸਰਦੀ ਬਹੁਤ ਹੈ ਚੱਲ ਇਸ ਵਾਸਤੇ। ਅਤੇ ਇਹ ਹੈ ਤੁਹਾਡੇ ਭਰਾ ਦੀ ਡਰੀਮ ਬਾਈਕ, ਠੀਕ ਹੈ? ਦੁਆ ਸ਼ੁਆ ਕਰੋ ਕਿਤੇ ਅੱਲਾ ਵੀ ਤੁਹਾਡੇ ਭਰਾ ਨੂੰ ਵੀ ਇਹੋ ਜਿਹੀ ਮੋਟਰਸਾਈਕਲ ਦੇਵੇ। ਬਾਈਕ ਚੈੱਕ ਕਰੋ, ਇਹ ਤੁਹਾਡੇ ਭਰਾ ਦੀ ਜਿਹੜੀ ਹੈ ਨਾ ਡਰੀਮ ਬਾਈਕ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਬੰਦਾ ਅੱਜ ਵਾਰ ਵਾਰ ਜਿਹੜਾ ਨਾ ਆਪਣੀਆਂ ਮੁੱਛਾਂ ਨੂੰ ਵੱਟ ਕਿਉਂ ਦੇ ਰਿਹਾ। ਸਮਝ ਰਹੇ ਹੋ ਮੁੱਛਾਂ ਨੂੰ ਹੱਥ ਛੱਤ ਕਿਉਂ ਮਾਰ ਰਿਹਾ? ਕਿਉਂਕਿ ਤੁਹਾਡੇ ਭਰਾ ਦੇ ਪਿੱਛੇ ਗੱਡੀਆਂ ਛੱਡੀਆਂ ਖਲੋਤੀਆਂ ਆਣਾ, ਤੇ ਇੰਨਾ ਕੁ ਰੋਕ ਤੇ ਬਣਦਾ ਨਾ, ਭਾਵੇਂ ਸਾਡੀਆਂ ਆਪਣੀਆਂ ਜ਼ਾਤੀ ਨਹੀਂ। ਹਰਾਮੀ ਹੋ, ਗੱਡੀਆਂ ਤੇ ਹੈ ਨਾ, ਠੀਕ ਹੈ। ਬਾਕੀ ਤੁਹਾਨੂੰ ਉੱਤੇ ਦਾ ਵਿਊ ਚੈੱਕ ਕਰਾਉਂਦੇ ਹਾਂ, ਬਿਲਡਿੰਗ ਜਿਹੜੀ 'ਤੇ ਅਸੀਂ ਖੜ੍ਹੇ ਹਾਂ ਉਸ ਬਿਲਡਿੰਗ ਤੋਂ ਜਿਹੜਾ ਵਿਊ ਨਜ਼ਰ ਆ ਰਿਹਾ, ਵਿਊ ਚੈੱਕ ਕਰੋ। ਸਾਹਮਣੇ ਵੱਡੀਆਂ ਵੱਡੀਆਂ ਬਿਲਡਿੰਗਾਂ ਨਾ, ਅਸੀਂ ਇਸ ਟਾਈਮ ਖੜ੍ਹੇ ਹਾਂ ਜੀ ਡੇਨੂਬ ਬਿਲਡਿੰਗ 'ਤੇ। ਬਾਕੀ ਜਿਹੜਾ ਮੌਸਮ ਦੇ ਨਜ਼ਾਰੇ ਤੁਸੀਂ ਚੈੱਕ ਖੁਦ ਦੇਖ ਰਹੇ ਹੋ। ਨਾਲ ਤੁਹਾਨੂੰ ਅੱਜ ਉਹ ਗੱਡੀ ਵਿਖਾਉਂਦੇ ਹਾਂ ਜਿਹਦਾ ਸਿੱਧੂ ਨੇ ਆਪਣੇ ਗਾਣੇ 'ਚ ਜ਼ਿਕਰ ਕੀਤਾ ਹੈ ਕਿ ਗੁੱਚੀ ਦਾ ਨਹੀਂ ਗੋਲੀ ਵਾਲਾ ਸੱਪ ਛੱਪੇ ਆਣੀ ਮਿੱਤਰਾਂ ਦੀ ਕਾਰ 'ਤੇ। ਅਭੀ ਮਜ਼ਾ ਆਏਗਾ ਨਾ ਭਿੜੋ। ਅੱਜ ਤੁਹਾਨੂੰ ਤੁਹਾਡਾ ਭਰਾ ਜਿਹੜਾ ਨਾ ਗੱਡੀਆਂ ਦਾ ਪੂਰਾ ਵਿਊ ਦਿਖਾਏਗਾ, ਤੇ ਬਾਕੀ ਉਸ ਤੋਂ ਬਾਅਦ ਜਿਹੜਾ ਨਾ ਬਾਹਰ ਦੇ ਨਜ਼ਾਰੇ ਵੀ ਦਿਖਾਏਗਾ ਜਦੋਂ ਥੱਲੇ ਜਾਏਗਾ। ਰੁਕੋ ਜਰਾ, ਸਬਰ ਕਰੋ। ਹੁਣ ਅਸੀਂ ਜਾਣਾ ਜੀ ਥੱਲੇ, ਤੇ ਦਰਵਾਜ਼ਾ ਖੋਲ੍ਹਨੇ ਆ। ਦਰਵਾਜ਼ਾ ਖੋਲ੍ਹ ਕੇ ਅਸੀਂ ਲਿਫਟ ਕਰਦੇ। ਲਿਫਟ ਹੋ ਗਈ ਆ ਓਪਨ। ਲਿਫਟ ਦੇ ਅੰਦਰ ਜਾ ਕੇ ਅਸੀਂ ਜਾਣਾ ਜੀ ਗਰਾਊਂਡ ਫਲੋਰ 'ਤੇ। ਇੱਥੋਂ ਅਸੀਂ ਗਰਾਊਂਡ ਫਲੋਰ ਤੋਂ ਚੱਲੇ ਸ਼ੁਰੂ ਕਰ ਪ੍ਰੈਸ ਕਰ ਦੇਣਾ। ਗਰਾਊਂਡ ਫਲੋਰ 'ਚ ਜਾ ਕੇ ਉਸ ਤੋਂ ਥੱਲੇ ਜਾਣਾ, ਫਿਰ ਥੱਲੇ ਜਾ ਕੇ ਥੋੜ੍ਹਾ ਜਿਹਾ ਸਮਾਨ ਲਿਆਉਣਾ, ਲੇਕਿਨ ਲਿਫਟ ਜਾ ਰਹੀ ਹੈ ਉੱਪਰ। ਬਾਏ ਬਾਏ, ਟਾਟਾ, ਗੁੱਡ ਬਾਏ, ਗਿਆ। ਕਿਉਂਕਿ ਉੱਪਰ ਵੀ ਕਿਸੇ ਨੇ ਪ੍ਰੈਸ ਕੀਤਾ ਹੋਏਗਾ, ਉੱਪਰ ਵੀ ਕੋਈ ਆ ਰਿਹਾ, ਅਤੇ ਉਹ ਅਸੀਂ ਪਰਸਨਲ ਵੀਡੀਓ ਨਹੀਂ ਬਣਾ ਸਕਦੇ ਇਸ ਵਾਸਤੇ। ਅਸੀਂ ਕੈਮਰਾ ਥੋੜ੍ਹੀ ਦੇਰ ਬੰਦ ਕਰਨੇ। ਔਰ ਅਗਰ ਤੁਮ ਲੋਗ ਨਏ ਹੋ ਤੋ ਸਬਸਕ੍ਰਾਈਬ ਕਰੋ, ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੇਕ ਕੇ ਮਾਰੋ ਜਾਂ ਫਿਰ ਮੋਮਬੱਤੀ, ਮੈਨੂੰ ਨਹੀਂ ਪਤਾ, ਬਸ ਕਲਿੱਕ ਹੋ ਜਾਣਾ ਚਾਹੀਦਾ। ਅੱਛਾ ਜੀ, ਅਸੀਂ ਉੱਤੋਂ ਥੱਲੇ ਆਏ ਹਾਂ ਗੱਡੀਆਂ 'ਚੋਂ, ਅਤੇ ਅਸੀਂ ਥੱਲੇ ਆ ਕੇ ਵੀ ਦੇਖਿਆ ਕਿ ਹਰ ਪਾਸੇ ਜਿਹੜਾ ਨਾ ਗੱਡੀਆਂ ਹੀ ਗੱਡੀਆਂ ਖਲੋਤੀਆਂ ਹਨ, ਅਤੇ ਗੱਡੀਆਂ ਦੇ ਵਿੱਚ ਜਿਹੜਾ ਨਾ ਸਾਨੂੰ ਨਜ਼ਰ ਆ ਜਾਂਦੀ ਆ BMW। ਅਤੇ BMW ਦੇ ਬਾਰੇ ਤੁਹਾਡੇ ਭਰਾ ਨੇ ਬਹੁਤ ਸਰਚ ਕੀਤਾ, ਬਹੁਤ ਜ਼ੇਹਨ ਖਪਾਇਆ ਇਹਦੇ ਬਾਰੇ, ਬਹੁਤ ਸੋਚਿਆ ਕਿ BMW ਦਾ ਜਿਹੜਾ ਨਾ ਮਤਲਬ ਕੀ ਆ। ਅਤੇ ਇੰਨਾ ਸਰਚ ਕਰਨ ਦੇ ਬਾਵਜੂਦ ਤੁਹਾਡੇ ਭਰਾ ਨੂੰ ਪਤਾ ਲੱਗਾ ਕਿ BMW ਦਾ ਜਿਹੜਾ ਮਤਲਬ ਹੈ ਨਾ, ਇਹ ਗੱਡੀ ਆ BMW, ਇਹਦਾ ਮਤਲਬ ਹੈ ਜੀ, ਅਬੇ ਜਲਦੀ ਬੋਲ, ਕੱਲ ਸਵੇਰੇ ਪਨਵੇਲ ਨਿਕਲ, ਬਹੁਤ ਮੋਟੀ ਵਾਈਫ। BMW ਦਾ ਇਹ ਮਤਲਬ ਹੈ ਸ਼ਾਬਾਸ਼ ਬੇਟਾ, ਲੇਜੈਂਡ ਬਣੋ, ਰਿਸਰਚ ਕਰੋ, ਸੋਚੋ, ਤੇ ਤੁਹਾਨੂੰ ਹਰ ਚੀਜ਼ ਦਾ ਪਤਾ ਲੱਗੇਗਾ। ਅਰੇ ਕਹਿਣਾ ਕਿਆ ਚਾਹਤੇ ਹੋ? ਤੇ ਇਹ ਹੈ ਜੀ ਉਹ ਬਿਲਡਿੰਗ ਜਿਹਦੇ ਅਸੀਂ ਅੰਦਰ ਵਿਜ਼ਿਟ ਕਰ ਰਹੇ ਸੀ, ਗੱਡੀਆਂ ਛੱਡੀਆਂ ਤੁਹਾਨੂੰ ਦੱਸ ਰਹੇ ਸੀ। ਤੇ ਫਰਜ਼ ਕਰੋ ਜੇ ਇਸ ਬਿਲਡਿੰਗ ਤੋਂ ਕਿਸੇ ਬੰਦੇ ਨੇ ਛਾਲ ਮਾਰੀ ਹੋਏ ਤੇ ਉਹਦਾ ਕੀ ਬਣੇਗਾ? ਨਾਲੇ ਕੱਲ੍ਹ ਤੁਹਾਡੇ ਭਰਾ ਨੂੰ ਯੂਟਿਊਬ ਵਾਲਿਆਂ ਨੇ ਪਾਇਆ ਨੋਟੀਫਿਕੇਸ਼ਨ ਕਿ ਬਈ ਤੁਹਾਡੇ ਜਿਹੜੇ ਆ ਨਾ ਸਬਸਕ੍ਰਾਈਬਰ 100 ਤੋਂ ਉੱਤੇ ਹੋ ਗਏ ਨੇ, ਤੁਹਾਡਾ ਵਾਚ ਟਾਈਮ ਵੀ ਜਿਹੜਾ ਅੱਛਾ ਜਾ ਰਿਹਾ। ਸਭ ਕੁਛ ਤੁਹਾਡੀ ਸਪੋਰਟ ਦੀ ਵਜ੍ਹਾ ਨਾਲ, ਇਸ ਨੇ ਆਪਣੇ ਭਰਾ ਨੂੰ ਸਪੋਰਟ ਕਰਦੇ ਰਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅੱਲਾ ਹਾਫਿਜ਼।